ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਬਾਈ ਜੀ, ਅੱਜ ਅਸੀਂ ਦੇਖਿਆ ਨਾ, ਕੋਈ ਜਿਹੜੇ ਗਊ ਰੱਖਿਆ ਦਲ ਵਾਲੇ ਬਣ ਕੇ ਹਨਾ, ਵਿਚਾਰੇ ਗਰੀਬ ਲੋਕਾਂ ਦੇ ਨਾਲ ਮਾਰਕੁੱਟ ਕਰਦੇ ਆ, ਵੀ ਉਹਨਾਂ ਨੂੰ ਟਰੱਕਾਂ ਦੇ ਵਿੱਚ ਜਿਹੜੇ ਡਰਾਈਵਰ ਲਾ ਕੇ ਉਹਨਾਂ ਨੂੰ ਕੁੱਟਦੇ ਆ, ਅਸੀਂ ਉਹੀ ਗੱਲ ਕਰਦੇ ਹਾਂ ਵੀ ਸਾਡਾ ਨਾ, ਸਾਡੇ ਤੁਸੀਂ ਪਿੰਡ ਆ ਕੇ ਦੇਖ ਲਓ, ਪਿੰਡ ਸਾਡਾ 12ਵੀਂ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਾ। ਇੱਥੇ ਨਾ ਘੱਟੋ ਘੱਟ ਬਾਹਲਾ ਨਾ ਸੀ 20 ਤੋਂ 25 ਗਾਈਆਂ ਫਿਰਦੀਆਂ ਨੇ, ਜਿਹੜੀਆਂ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਰੋਟੀ ਖਾਂਦੀਆਂ ਨੇ, ਉਹੀ ਉਹਨਾਂ ਨੂੰ ਯਾਨੀ ਕਿ ਪੱਠੇ ਖਾਂਦੀਆਂ ਨੇ ਉੱਥੋਂ, ਉਹੀ ਉਹਨਾਂ ਨੂੰ ਪਾਣੀ ਪਿਲਾਉਂਦੇ ਨੇ ਖਾਲਾਂ ਦੇ ਵਿੱਚੋਂ ਪਾਣੀ ਪੀਂਦੀਆਂ, ਜਿੱਦਣ ਨਹੀਂ ਖਾਲ ਸੁੱਕੇ ਹੁੰਦੇ ਘਰਾਂ ਦੇ ਵਿੱਚੋਂ ਪਾਣੀ ਪਿਲਾਉਂਦੇ ਉਹਨਾਂ ਨੂੰ। ਬਾਹਲੇ ਗਊ ਰੱਖਿਆ ਦਲ ਵਾਲੇ ਬਣਦੇ ਆ ਨਾ, ਆ ਕੇ ਇਹਨਾਂ ਨੂੰ ਸਾਂਭਣ, ਉਹ ਗਰੀਬ ਬੰਦਿਆਂ ਨੂੰ ਵਿਚਾਰਿਆਂ ਨੂੰ ਟਰੱਕ ਡਰਾਈਵਰਾਂ ਨੂੰ ਕੱਢ ਕੱਢ ਕੇ ਕੁੱਟੀ ਜਾਂਦੇ ਆ, ਮਾਰੀ ਜਾਂਦੇ ਆ, ਇਹਦੇ ਵਿੱਚ ਕਿਹੜੀ ਸਿਆਣਪ ਆਊਗੀ? ਬਾਹਲੇ ਵੱਡੇ ਬਣਦੇ ਆਪਦੇ ਆਪ ਨੂੰ ਵੀ, ਅਸੀਂ ਆ ਉਹਨਾਂ ਨੂੰ ਕੁੱਟਦੇ, ਸਾਨੂੰ ਆ ਕੇ ਮਿਲੋ, ਤੁਹਾਡੀਆਂ ਮਾਵਾਂ ਨੂੰ ਸਾਂਭਦੇ ਤਾਂ ਅਸੀਂ ਆ, ਤੇ ਤੁਸੀਂ ਉੱਥੇ ਜਾ ਕੇ ਵੀਡੀਓ ਕੁੱਟ ਕੁੱਟ ਕੇ ਉਹਨਾਂ ਨੂੰ ਵੀਡੀਓ ਪੋਸਟ ਕਰਦੇ ਹੋ, ਇੱਕ ਵਾਰੀ ਸਾਲਿਓ ਆ ਕੇ ਤਾਂ ਦੇਖੋ ਤੁਹਾਡੀਆਂ ਮਾਵਾਂ ਨੂੰ ਇੱਥੇ ਕਿਵੇਂ ਪਾਲਦੀਆਂ ਨੇ, ਲਿਫਾਫੇ ਖਾਂਦੀਆਂ ਨੇ ਲੁਧਿਆਣੇ ਸਟੇਸ਼ਨ ਤੇ ਜਾ ਕੇ ਦੇਖ ਲਿਓ, ਜਿਹੜੇ ਕਚਰੇ ਵਾਲੇ ਹੁੰਦੇ ਆ, ਕੁਰਕਰੇ ਵਾਲੇ, ਕਿਵੇਂ ਗੰਦ 'ਚ ਮੂੰਹ ਮਾਰਦੀਆਂ ਨੇ ਉਹ, ਜਿਹੜੀਆਂ ਇੱਥੇ ਆਉਂਦੀਆਂ ਨਾ ਸਾਡੇ ਪੱਠੇ ਖਾਂਦੀਆਂ ਨੇ ਉਹ, ਅਸੀਂ ਤਾਂ ਫੇਰ ਨਹੀਂ ਕਦੇ ਕਿਹਾ, ਤੇ ਤੁਸੀਂ ਸਾਡੇ ਸਾਡੀ ਗਊ ਮਾਤਾ, ਅਸੀਂ ਤਾਂ ਅੱਜ ਤੱਕ ਨਹੀਂ ਕਿਹਾ ਕਿਤੇ ਸਾਡੀ ਗਊ ਮਾਤਾ ਹੈਗਾ ਜਾਨਵਰ ਆ, ਵਿਚਾਰਾ ਰੱਬ ਦਾ ਜਾਨਵਰ, ਅਸੀਂ ਉਹਨੂੰ ਤਾਂ ਨਹੀਂ ਕਦੇ ਕੋਈ ਫਰਕ ਸਮਝਿਆ ਵੀ ਹਾਂ ਚੱਲ ਪੱਠੇ ਖਾਂਦਾ ਸਾਡੇ ਕੋਈ ਗੱਲ ਨਹੀਂ, ਸਾਨੂੰ ਕੋਈ ਮਤਲਬ ਨਹੀਂ, ਤੇ ਤੁਸੀਂ ਉਹਨੂੰ ਗਰੀਬ ਲੋਕਾਂ ਨੂੰ ਕੁੱਟ ਕੁੱਟ ਕੇ ਵੀਡੀਓ ਪਾਉਂਦੇ ਹੋ, ਅਸੀਂ ਤਾਂ ਅੱਜ ਤੱਕ ਨਹੀਂ ਕਦੇ ਵੀਡੀਓ ਪਾਈ ਉਹਨਾਂ ਦੀ, ਸਾਡੇ ਕੋਲੋਂ ਪੱਠੇ ਖਾਂਦੀ ਸਾਡੇ ਕੋਲੋਂ ਪਾਣੀ ਪੀਂਦੀ, ਅਸੀਂ ਅੱਜ ਤੱਕ ਵੀਡੀਓ ਪਾਈ ਵੀ ਸਾਡੇ ਕੋਲੋਂ ਪੱਠੇ ਖਾਂਦੀ ਸਾਡੇ ਕੋਲੋਂ ਪਾਣੀ ਪੀਂਦੀ, ਅਸੀਂ ਬਹੁਤ ਵੱਡਾ ਪਰਉਪਕਾਰ ਕਰਦੇ ਹਾਂ, ਮਾਂ ਤੁਹਾਡੀ ਆ, ਕਰਦੇ ਅਸੀਂ ਆ, ਇੱਕ ਜਾਨਵਰ ਦੇ ਨਾਤੇ ਅਸੀਂ ਕਰਦੇ ਹਾਂ, ਜਿਹੜੇ ਵੀਰ ਨੂੰ ਬਾਹਲੀ ਤਕਲੀਫ ਆ ਨਾ, ਬਾਹਲਾ ਕਹਿੰਦਾ ਮੈਂ ਗਊ ਰੱਖਿਆ ਦਲ ਵਾਲਾ, ਮੈਂ ਐਂ ਕਰ ਦੂੰਗਾ, ਸਾਡੀ ਗਾਂ ਨਾਲ ਐਂ ਕਰਦੇ ਆ, ਇੱਥੇ ਆ ਕੇ ਮਿਲੋ, ਤੁਹਾਡੀਆਂ ਬਾਵਾਂ ਨੂੰ ਅਸੀਂ ਸਾਂਭਦੇ ਹਾਂ, ਜਿਹਨੂੰ ਕਿਸੇ ਨੂੰ ਤਕਲੀਫ ਆ ਨਾ ਵੀਰੇ ਸਿੱਧਾ ਆ ਕੇ ਮਿਲੋ, ਐਵੇਂ ਉਹ ਵਿਚਾਰੇ ਗਰੀਬਾਂ ਨੂੰ ਕਦੋਂ ਕੁੱਟਦੇ ਹੋ, ਇੰਨੇ ਇੰਨੇ ਉਹ ਵਿਚਾਰੇ ਉਹਨਾਂ ਨੂੰ ਤੁਸੀਂ ਕੁੱਟ ਕੁੱਟ ਕੇ ਲੰਬੇ ਪਾ ਸੁੱਟਿਆ, ਬਜ਼ੁਰਗ ਵਿਅਕਤੀ ਨੂੰ ਕੁੱਟ ਸੁੱਟਿਆ, ਉਹਦੇ ਝੋਂਪੜੀ ਦੇ ਵਿੱਚ ਜਾ ਕੇ ਫੜੋ ਬਦਮਾਸ਼ ਹੋ, ਇੱਥੇ ਆ ਕੇ ਮਿਲੋ ਜੱਟ ਨੂੰ, ਤੁਹਾਡੀਆਂ ਮਾਵਾਂ ਨੂੰ ਸਾਂਭਦੇ ਅਸੀਂ ਮਰ ਕੇ ਕੁੱਟੀ ਜਾਂਦੇ ਹੋ ਗਰੀਬਾਂ ਨੂੰ, ਜੇ ਵੀਰੇ ਮੇਰੀ